ਹਰ ਹਰ ਜਨਤੇ ਉਹਨਾਂ ਦਾ ਹੋਊਗਾ ਖਤਰਾ। ਜਿਹੜਾ ਧਰਮ ਝੂਠਾ ਹੈ ਹੀ ਨਹੀਂ ਉਹਨੂੰ ਤਾਂ ਸਾਨੂੰ ਚਾਹੀਦਾ ਕੀਤਾ। ਦੇਖੋ ਖਾੜਾ ਆ ਗਿਆ, ਹੁਣ ਬੱਲੀ ਖਾੜਾ ਰਚਿਆ, ਇਹ ਖਾੜਾ ਰਚਿਆ ਗਿਆ। ਹੁਣ ਧਰਮ ਨੇ ਦਸ ਵੀਹ ਜਿੰਨੇ ਵੀ ਹੈਗਾ, ਆਜੋ ਭਾਈ ਇੱਕੋ ਥਾਂ ਬੈਠੋ। 15,000 ਏਕੜ ਜ਼ਮੀਨ ਹੈ, ਉੱਥੇ ਤੁਸੀਂ ਸਾਬਤ ਕਰੋ, ਆਪਣਾ ਆਪਣਾ ਸਟੱਡੀ ਕਰੋ। ਆਪਾਂ ਕੋਈ ਚੰਗਾ ਹੋਰ ਕੱਢੀਏ ਵਧੀਆ, ਜਿਹੜੀ ਕਿਸੇ ਕੋਲ ਵਧੀਆ ਚੀਜ਼ ਲੈ ਲਓ, ਇਹਨੇ ਕਰੀਏ ਛੱਡ ਦੋ। ਕਰਾਮਾਤ ਵਾਲਾ ਜਿੰਦਰ ਵਾਲੀ ਖਾੜਾ ਰਚਿਆ ਗਿਆ ਹੈ, ਜਿਹੜੀ ਵੀ ਕੁੜੀ ਨੇ ਇਹ ਵੀ ਕਰਾਮਾਤ ਕਰੋ, ਸਾਰੇ ਇਕੱਠੇ ਕਰ ਲਏ ਉਹਨੇ। ਹਾਂ ਤੇ ਦਿਖਾਓ ਕਰਾਮਾਤ। ਹਾਂ ਉਹ ਜਿਹੜੀ ਆਪਣੀ ਵਿਆਖਿਆ ਗਈ ਹੈ ਹੁਣ ਮੁੜ ਕੇ ਬਿਲਕੁਲ ਸੈੱਟ ਗਈ ਹੈ ਉਹ ਜਿਹੜੇ ਅੱਜ ਦੇ ਸੰਦਰਭ ਚ। ਹਾਂ ਹਾਂ ਕਰਾਮਾਤ ਤਾਂ ਉਹ ਰਾਜੇ ਨੇ ਸੱਦੇ ਦੀ। ਹਾਂ ਉਹੀ ਰਾਜੇ ਨੇ ਸੱਦੇ ਆ, ਤੁਸੀਂ ਲੜਕੀ ਦੇਵੀ ਬਣੀ ਸੀ। ਹਾਂ ਉਹ ਫਿਰ ਕਰਾਮਾਤ ਤਾਂ ਫਿਰ ਇਹ ਹੋਣੀ ਹੋਈ ਹੈ। ਹਾਂਜੀ ਹਰ ਹਰ ਜਨ ਕੇ ਮਾਲ ਖਜ਼ੀਨਾ, ਹਰ ਧਰਮ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੇ ਮਾਲ ਖਜ਼ੀਨਾ, ਜਿੰਨੇ ਪਿਛਲੇ ਧਰਮ ਨੇ ਉਹਨਾਂ ਦਾ ਖਜ਼ਾਨਾ ਹੈ ਹੀ ਨਹੀਂ ਹਰ ਤੱਕ, ਜਿਹੜੇ ਰਿਕਾਰਡ ਚ ਮਿਲਦੇ ਨੇ ਸਾਨੂੰ ਦੁਨੀਆਂ ਦੇ ਉੱਤੇ, ਜਿੰਨੇ ਧਰਮ ਨੇ ਸਾਰੇ ਰਾਜ ਕੀਤਾ ਸਾਰਿਆਂ। ਇੱਥੇ ਹਰ ਹਰ ਜਨ ਕੋ ਮਾਲ ਮਾਲ ਖਜ਼ੀਨਾ, ਉਹਨਾਂ ਦਾ ਤਾਂ ਮਾਲ ਨਾ ਹੋਵੇ, ਨਾਮ ਤੋਂ ਬਿਨਾਂ ਤਾਂ ਨਹੀਂ ਬਣਦਾ ਕਿਸੇ ਚੀਜ਼ ਨੂੰ। ਫਿਰ ਇਹ ਤਾਂ ਧਰਮ ਹੋਰ ਹੋ ਗਿਆ, ਦੁਨੀਆਂ ਦੇ ਸਾਰੇ ਧਰਮ ਅਗਿਆਨਤਾ ਵੱਲ ਨੂੰ ਲੈ ਕੇ ਜਾਂਦੇ ਨੇ, ਮਾਇਆ ਮੋਹ ਵੱਲ ਨੂੰ ਲੈ ਕੇ ਜਾਂਦੇ ਨੇ, ਦੁਸ਼ਮਣੀ ਵੱਲ ਨੂੰ ਲੈ ਕੇ ਜਾਂਦੇ ਨੇ। ਅੱਜ ਮੈਂ ਨੀਚ ਆ, ਮੇਰੇ ਕੋਲ ਪੈਸਾ ਆ ਗਿਆ, ਮੇਰੇ ਕੋਲ ਤਾਕਤ ਆ ਗਈ, ਮੈਂ ਉਸ ਹੋ ਗਿਆ, ਉਹਦਾ ਫਿਰ ਜਿਸ ਹੱਥ ਜ਼ੋਰ ਕਰ ਬੈਠੇ ਸੋਏ ਨਾਨਕ ਉਤਮ ਨੀਚ ਨਾ, ਉਤਮ ਨੀਚ ਤਾਂ ਫਿਰ ਕੋਈ ਹੋਇਆ ਨਾ, ਉਹ ਤਾਂ ਤੁਹਾਡੇ ਕੋਲ ਜ਼ੋਰ ਹੈ ਪੈਸਾ, ਐਸਾ ਆਦਮੀ ਨੇ ਭਾਵੇਂ ਉੱਤਮ ਹੋਰ ਉੱਤਮ ਨੇ ਜਿੱਤੀ ਹੈ ਇੱਥੇ, ਉੱਤਮ ਨੇ ਤਾਂ ਜਿਹਦੇ ਕੋਲ ਜ਼ੋਰ ਹੈ ਬਸ ਉਹ ਉੱਤਮ ਹੈ। ਤੂੰ ਨੀਚ ਨਾ ਡਾਕੂ ਆਉਂਦੇ ਨੇ ਸਾਰਿਆਂ ਦੀ ਬੇਇੱਜ਼ਤੀ ਕਰ ਦਿੰਦੇ ਨੇ, ਨਾਲੇ ਮਾਲ ਖੋਹ ਲੈਂਦੇ ਨੇ, ਤਾਕਤ ਆ ਉਹਨਾਂ ਕੋਲ, ਉਹਨਾਂ ਨੂੰ ਨੀਚਾ ਦਿਖਾ ਦਿੱਤਾ ਸਾਰਿਆਂ ਨੂੰ। ਟੀਚਰ ਕੀ ਹੁੰਦਾ, ਰਾਜਾ ਆਉਂਦਾ ਸਾਰਿਆਂ ਨੂੰ ਜਿੱਤ ਲੈਂਦਾ, ਗੁਲਾਮ ਬਣਾ ਲੈਂਦਾ, ਜੇ ਤਾਂ ਜ਼ੋਰ ਕਰ ਬੈਠੇ ਸੋਏ। ਇਹ ਹੈ ਸੰਸਾਰ ਦੀ ਰੀਤ ਜਿਹੜੀ ਇਹ ਕਹੀ ਹੈ, ਜੇ ਸੱਤ ਜ਼ੋਰ ਕਰ ਬੈਠੇ ਸੋਏ। ਇਹ ਕੀਤਾ ਕ੍ਰਿਸ਼ਨ ਨੇ, ਇਹ ਕੀਤਾ ਰਾਮਚੰਦਰ ਨੇ, ਜੋ ਇਤਿਹਾਸ ਲਿਖਿਆ ਹੋਇਆ, ਇਹ ਕੀਤਾ ਇਸਲਾਮ ਵਾਲਿਆਂ ਨੇ, ਸਾਰੇ ਵਰਲਡ 'ਚ ਇਸਲਾਮ ਤਲਵਾਰ ਦੇ ਜ਼ੋਰ 'ਤੇ ਫੈਲਾ ਦੇਣਾ, ਕੀਤਾ ਕਰਦੇ ਰਹੇ। ਤੇ ਪਾਰਸਨਾਥ ਨੇ ਵੀ ਕੀਤਾ, ਸਾਡੇ ਕੋਲ ਦੋ ਕਹਾਣੀਆਂ ਹੋਰ ਵੀ ਆ ਗਈ, ਪਰ ਉਹਨੇ ਐ ਨਹੀਂ ਕੀਤਾ। ਉਹਨੇ ਦੁਨਿਆਵੀ ਧਨ ਸਾਰਾ ਲੈ ਕੇ ਕਿੱਥੋਂ ਕਰਕੇ ਵੰਡ ਦਿੱਤਾ, ਕੋਈ ਖਾਓ ਖਰਚੋ, ਜਿਹਨੂੰ ਜਿੰਨੀ ਜੋੜ ਹੈ ਲੋੜ ਹੈ ਲੈ ਜਾਓ, ਪਰ ਜਿਹੜਾ ਹੈਗਾ ਬੇਈਮਾਨੀ ਜਿਹੜੀ ਹੈ ਧੱਕਾਸ਼ਾਹੀ ਔਰ ਹੋਰ ਬੁਰਾ ਕੰਮ ਜਿਹਦਾ ਹੋ ਗਿਆ ਉਹਨੂੰ ਲੜਕਾ ਦਾਂਗੇ ਪੁੱਠਾ। ਇਹ ਤਾਂ ਹੋਈ ਨਾ ਇਨਸਾਫ ਦੀ ਗੱਲ, ਲੋੜ ਤੋਂ ਵੱਧ ਕੀ ਕਰੂ ਕੋਈ ਲਿਜਾ ਕੇ। ਜਿਹੜੇ ਬ੍ਰਾਹਮਣ ਸੀ ਜਾਂ ਸੰਤ ਸੀ ਜਿਹਨਾਂ ਦਾ ਧਰਮ ਦੇ ਵਿੱਚ ਲੱਗੇ ਤੇ, ਉਹਨਾਂ ਕੋਲ ਧਰਮ ਜਿੰਨਾ ਪੈਸਾ ਮਰਜ਼ੀ ਲਓ, ਕਿਸੇ ਤੋਂ ਲੈਣ ਦੀ ਲੋੜ ਨਹੀਂ, ਆ ਖੁੱਲ੍ਹਾ ਖਜ਼ਾਨਾ ਜਿੰਨਾ ਮਰਜ਼ੀ ਖਰਚ ਕਰੋ, ਘੋੜੇ ਹਾਥੀ ਤੇ ਚੜ੍ਹ ਕੇ ਜਾਓ, ਪੈਦਲ ਨਾ ਜਾਓ, ਰਥ ਲੈ ਲਓ, ਪਰ ਗੱਲ ਸੱਚ ਦੀ ਕਰੋ, ਝੂਠ ਦੀ ਨਹੀਂ ਕਰਦੇ। ਲੋਕਾਂ ਦਾ ਕੋਈ ਫਾਇਦਾ ਵੀ ਕਰੋ, ਭਲਾ ਵੀ ਕਰੋ, ਰਾਹ ਵੀ ਠੀਕ ਦੱਸੋ। ਉੱਧਰ ਦੋ ਜਿਹੜੇ ਨੇ ਉਹਨਾਂ ਨੇ ਇਹ ਕੀਤਾ, ਤਾਂ ਕਰਕੇ ਜਿਹੜੇ 24 ਅਵਤਾਰਾਂ ਚੋਂ 10 ਅਵਤਾਰਾਂ ਨੇ ਜਿਹਨਾਂ ਨੇ ਆਹ ਕੀਤਾ ਉਹ ਮਾਨਤਾ ਦਿੱਤੀ, ਜਿਹੜੇ 14 ਨੇ ਨਹੀਂ ਕੀਤਾ ਕ੍ਰਿਸ਼ਨ ਉਹ ਨਹੀਂ ਰਾਮਚੰਦਰ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ। ਅਵਤਾਰਾਂ ਗਿਣਤੀ ਕੀਤੀ ਨਹੀਂ ਉਹਨਾਂ ਦੀ, ਅਸੀਂ ਉਹਨਾਂ ਨੂੰ ਅਵਤਾਰ ਮੁੱਦੇ ਨਹੀਂ, ਉਹ ਤਾਂ ਰਾਜੇ ਨੇ, ਉਹ ਤਾਂ ਰਾਜੇ ਹੋਏ ਨੇ, ਗਾਵਿਆਂ ਕਰ ਅਵਤਾਰੀ ਉਹਨਾਂ ਨੂੰ ਗਾਉਣ ਲੱਗ ਗਏ ਅਵਤਾਰ ਕਹਿ ਕੇ, ਅਵਤਾਰਾਂ ਨੇ ਉਹਨਾਂ ਦੀ ਤੁਲਨਾ ਕਰਤੀ, ਅਵਤਾਰ ਦੇ ਲਾਇਕ ਨਹੀਂ ਹੈ। ਅਵਤਾਰ ਹੋਇਆ ਜਿਹੜਾ ਪਰਉਪਕਾਰ ਕਰੇ, ਜਿਹਦਾ ਕੰਮ ਹੋਵੇ ਪਰਉਪਕਾਰ, ਰਾਜਾ ਨਾ ਕਹਾਵੇ ਸਾਰਿਆਂ ਦਾ ਦਾਸ ਬਣ ਕੇ ਵਿੱਚ। ਫਿਰ ਉਹ ਪਾਰਸਨਾਥ ਆਪਣਾ ਹੀ ਮਨ ਜਿੱਤਦਾ ਬਾਅਦ 'ਚ,
ਉਹ ਕਹਾਂ ਕਿ ਤੂੰ ਕਿਹੜਾ ਰਾਜਾ ਨਹੀਂ ਮੇਤੇ ਜਿੱਤਿਆ ਗਾ, ਉਹ ਕਹਿੰਦਾ ਤੇਰਾ ਮਨ ਨਹੀਂ ਜਿੱਤਿਆ ਗਿਆ। ਆਪ ਮਨ ਜਿੱਤਣ ਲੱਗ ਗਿਆ, ਉਹਨਾਂ ਨੂੰ ਕਹਾਂ ਤੁਸੀਂ ਪ੍ਰਚਾਰ ਕਰੋ ਧਰਮ ਦਾ। ਮਿਸਗਾਈਡ ਕੀਤਾ ਇਹਨਾਂ ਨੇ ਸਾਰਿਆਂ, ਅਸਲੀ ਧਰਮ ਮਿਸਗਾਈਡ ਕੀਤਾ ਦੋਏ ਲਈ। ਦੱਤਾਤਰਾਇਆ ਉਹਦੀ ਕਹਾਣੀ ਹੋਰ ਬਣੀ ਬੈਠੇ ਨੇ, ਪਾਰਸਨਾਥ ਹੈ ਉਹਦੀ ਕਹਾਣੀ ਹੋਰ ਬਣਾਈ ਬੈਠੇ ਨੇ। ਪਾਰਸਨਾਥ ਵੀ ਮਿਸਗਾਈਡ ਪੰਡਤੇ ਕਰ ਰਹੇ ਸੀ ਪਹਿਲਾਂ। ਹਾਂ ਪੰਡਤੇ ਕਰ ਰਹੇ ਸੀ, ਹਾਂ ਪੰਡਤ ਨੇ ਕਿਹਾ ਵੀ ਜਿਹੜਾ ਇੱਕ ਲੱਖ ਰਾਜੇ ਦਾ ਜੇ ਤੂੰ ਕਰੇ ਇੱਕ ਰਾਸੂ ਜਾ ਕਰਨਾ, ਪੰਡਤ ਨੇ ਕਿਹਾ ਨਾ ਕਰ। ਦਾਨ ਕਿੰਨਾ ਕਿੰਨਾ ਲੈਣਾ ਸੀ ਉਹ ਵੀ ਦੱਸਿਆ, ਉਹ ਕਹਿੰਦਾ ਮੈਂ ਇੰਨਾ ਹੀ ਦੇ ਦੂੰ। ਅਸਲ ਤਾਂ ਪੰਡਤਾਂ ਨੂੰ ਦਾਨ ਦੇਣ ਵਾਸਤੇ ਇਕੱਠੇ ਕੀਤੇ ਤੇ ਪਹਿਲੇ ਕੋਲੇ ਤੇ ਲੋਕਾਂ ਦੇ, ਉਹ ਤਾਂ ਬਾਅਦ ਚ ਪਤਾ ਲੱਗਿਆ ਉਹ ਚੰਗੀ ਕਿਸਮ ਦੇ ਰਾਜਿਆਂ ਦੀ। ਉਹਨੂੰ ਇਹ ਆ ਗਿਆ ਵੀ ਅਹੰਕਾਰ ਹੋ ਗਿਆ ਚਾਹੇ ਕਹਿ ਲਓ, ਚਾਹੇ ਅਹੰਕਾਰ ਹੋ ਗਿਆ ਕਹਿ ਲਓ, ਯਾਨੀ ਉਹ ਵੀ ਅਹੰਕਾਰ ਪਹਿਲਾਂ ਹੋ ਗਿਆ, ਗਿਆਨ ਤੇ ਬਿਨਾਂ ਹੀ ਲੱਗਿਆ ਸੀ ਜੰਗਾ ਕੰਮ ਕਰਨਾ ਪਾਰਸਨਾਥ। ਉਹ ਗਿਆਨ ਤੇ ਬਿਨਾਂ ਧੱਕੇ ਨਾਲ ਆਪਣੀ ਜਿਹੜਾ ਜਾਣੀ ਜਿਹੜੀ ਆਪਣੀ ਤਾਕਤ ਸੀ ਉਹਨੂੰ ਵਰਤਣ ਲੱਗਿਆ ਸੀ ਨੇਕ ਕੰਮ ਵਾਸਤੇ। ਪਰ ਨੇਕ ਵੀ ਉਹੀ ਕੰਮ ਆਪਣੀ ਬੁੱਧੀ, ਉਹ ਤਾਂ ਫਿਰ ਉੱਥੇ ਆਪਣੀ ਬੁੱਧੀ ਵਰਗਾ ਨੇਕ ਸੀ। ਫਿਰ ਐਂ ਉਹਦਾ ਅਹੰਕਾਰ ਹੋਇਆ ਵੀ ਕੋਈ ਐਸਾ ਰਾਜਾ ਹੈ ਜਿਹੜਾ ਮੈਂ ਨਹੀਂ ਜਿੱਤਿਆ, ਇਸ ਸਵਾਲ ਦੇ ਜਵਾਬ ਚ ਫਸਿਆ। ਫਿਰ ਜੇ ਸਵਾਲ ਨਾ ਪੈਦਾ ਹੁੰਦਾ ਰਾਜਾ ਤਾਂ ਮਾਰਿਆ ਗਿਆ ਸੀ ਸਰ ਸਵਾਲ, ਉਹਦਾ ਧੰਨ ਤਾਂ ਰਾਜਾ ਉਹਨਾਂ ਨੇ ਲੈ ਜਾਣਾ ਸੀ, ਦਾਨ ਤਾਂ ਕਰ ਦੇਣਾ ਸੀ। ਫਿਰ ਉਹਨੇ ਦਾਨ ਨਹੀਂ ਕੀਤਾ, ਪਬਲਿਕ ਨੂੰ ਦੇ ਦਿੱਤਾ ਸਾਰਾ, ਗਰੀਬ ਗੁਰਬੇ ਨੂੰ ਬਣਤਾ। ਇੱਕ ਤਾਂ ਉਹਦਾ ਜੋ ਸਾਰਾ ਜੋ ਸ਼ਾਸਤਰਾਂ ਨੇ ਲਿਖਿਆ ਹੋਇਆ ਸੀ ਯੱਗ ਵਗੈਰਾ ਉਹਦੀ ਉਹ ਪਰਦਾ ਫੋਲਿਆ ਹੋਇਆ ਸਾਰਾ, ਮਿਸਗਾਈਡ ਕਰਦੇ ਰਹੇ। ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਧਨ ਜਨ ਕੋ ਤਾਂ ਕਹੀ ਹੈ ਗੱਲ, ਇਹ ਇੱਥੇ ਕਿਹਾ ਹਰ ਹਰ ਜਨ ਕੋ ਮਾਲ ਖਜ਼ੀਨਾ। ਜਿਹੜਾ ਜਨ ਹੋਊਗਾ ਹੁਣ ਉਹ ਜਨ ਹੈ ਜਦੋਂ ਆਪਣਾ ਮਨ ਨੂੰ ਜਿੱਤ ਰਿਹਾ ਪਾਰਸਨਾਥ, ਉਹਦਾ ਫਿਰ ਧਨ ਉਹ ਧਨ ਲੋਕਾਂ ਨੂੰ ਦੇਤਾ, ਧਨ ਵੱਲ ਲੱਗ ਗਿਆ। ਉਹ ਕਹਿੰਦਾ ਵੀ ਇਹ ਧਨ ਤਾਂ ਝੂਠਾ, ਫਿਰ ਤੇਰੇ ਕੋਲ ਹੈ ਕੀ ਨੀ, ਤੇਰੇ ਕੋਲ ਨਾ ਮਨ ਜਿੱਤਣ ਵਾਲਾ ਧਨ ਹੈ ਨੀ। ਗਿਆਨ ਕਾ ਬੰਦਾ ਮਨ ਰਹੂਗਾ ਉਹ ਨਹੀਂ ਤੇਰੇ ਕੋਲ ਸੌਦਾ, ਨਾਮ ਧਨ ਹੈ ਨੀਗਾ ਉਹਨੂੰ ਜਿੱਤ। ਉਹ ਮਨ ਜਿੱਤਣ ਵਾਲਾ ਮਨੋਵਾਸੀ ਰਾਜਾ ਜਿੱਤਣ ਵਾਲਾ ਫਿਰ ਉਹਨੇ ਸੌਦਾ, ਫਿਰ ਉਹ ਧਨ ਪ੍ਰਾਪਤ ਕੀਤਾ। ਪਹਿਲਾਂ ਉਹਦਾ ਬਾਲ ਹੈ ਦੂਇਆਂ ਦਾ ਮਨ ਜਿੱਤਣ ਵਾਸਤੇ, ਦੂਇਆਂ ਦਾ ਮਨ ਜਿੱਤਣ ਵਾਸਤੇ, ਦੂਇਆਂ ਦਾ ਵੀ ਮਨ ਨਹੀਂ ਜਿੱਤਿਆ ਹੈ, ਦੂਇਆਂ ਦਾ ਦਿਮਾਗ ਹੀ ਜਿੱਤਿਆ। ਭੈ ਉਹ ਦਿੱਤੀ ਗਈ ਦੂਇਆਂ ਨੂੰ, ਮਨ ਜਿੱਤਿਆ ਭੈ ਨਾਲ, ਕਹਿੰਦੇ ਜਿੱਤਣਾ ਦਾ ਦੂਏ ਦਾ ਵੀ ਮੰਨਿਆ, ਪਰ ਪ੍ਰੇਮ ਨਾਲ ਜਿੱਤਣਾ, ਭੈ ਨਾਲ ਨਹੀਂ ਜਿੱਤਣਾ, ਫਰਕ ਹੈ। ਜਿੱਤਣਾ ਦਾ ਦੂਏ ਦਾ ਵੀ ਮੰਨਿਆ, ਜੇ ਆਪਣਾ ਜਿੱਤ ਲਿਆ ਜਗ ਜੀਤ ਹੈ, ਜਗ ਜੀਤ ਦਾ ਮਨ ਲੋਕਾਂ ਦਾ ਮਨ ਜਿੱਤਣਾ। ਪਰ ਕਾਹਦੇ ਨਾਲ ਜਿੱਤਣਾ? ਪ੍ਰੇਮ ਨਾਲ ਜਿੱਤਣਾ, ਭੈ ਨਾਲ ਨਹੀਂ ਜਿੱਤਣਾ। ਰਾਜਾ ਭੈ ਨਾਲ ਜਿੱਤਦਾ, ਪ੍ਰੇਮ ਨਾਲ ਜਿੱਤਦਾ, ਦੋਵਾਂ ਗੱਲਾਂ 'ਚ ਫਰਕ ਹੈ, ਦੋਵਾਂ ਗੱਲਾਂ 'ਚ ਫਰਕ ਹੈ। ਪ੍ਰੇਮ ਨਾਲ ਜਿੱਤਿਆ ਹੋਇਆ ਭਾਗੀ ਨਹੀਂ ਹੁੰਦਾ ਕਦੇ, ਬਗਾਵਤ ਨਹੀਂ ਕਰਦਾ। ਭੈ ਨਾਲ ਜਿੱਤਿਆ ਤਾਂ ਦੇਖਦਾ ਰਹਿੰਦਾ, ਜਦ ਮੌਕਾ ਮਿਲ ਗਿਆ ਜਦ ਬਗਾਵਤ ਕਰ ਦਿੰਦਾ, ਉਹ ਤਾਂ ਵਿਸਫੋਟ ਕਦੇ ਵੀ ਹੋ ਸਕਦਾ। ਭੈ ਵਾਲੇ ਮਨ ਜਿੱਤੇ 'ਚ ਵਿਸਫੋਟ ਕਦੇ ਵੀ ਹੋ ਸਕਦਾ, ਉਹ ਤਾਂ ਇੱਕ ਮਤਲਬ ਹੈ ਤੂਫਾਨ ਤੋਂ ਪਹਿਲੀ ਸ਼ਾਂਤੀ ਹੁੰਦੀ ਹੈ। ਜਿਹੜਾ ਰਾਜ ਹੁੰਦਾ ਨਾ ਬੜਾ ਭੈ ਦਾ ਰਾਜ, ਤੂਫਾਨ ਦੇ ਮਤਲਬ ਤੂਫਾਨ ਗੁਪਤ ਹੁੰਦਾ, ਸ਼ਾਂਤੀ ਪ੍ਰਗਟ ਹੁੰਦੀ ਹੈ। ਬਸ ਉਹਦਾ ਬਰੂਦ ਵਿੱਚ ਹੈ, ਗੋਲਾ ਹੈਗਾ, ਚੁੱਪ ਚਾਪ ਹੈ, ਜ਼ਿਆਦਾ ਜਰਾ ਕੱਗ ਪੈ ਗਈ ਫਿਰ ਪਤਾ ਲੱਗੂ ਵੀ ਸ਼ਾਂਤੀ ਜਿਹੜੀ ਬੱਚੇ ਵਿੱਚ ਗੋਲਾ ਬਣਾਇਆ ਤੇ ਕੀ ਕਰਦਾ ਉਹ ਗੋਲਾ। ਭੈ ਵਾਲੇ ਜਿਹੜੇ ਜਿੱਤੇ ਬਣਦੇ ਨਾ, ਉਹ ਗੋਲੇ ਹੁੰਦੇ ਨੇ ਅੰਦਰ ਸਾਰਿਆਂ ਦੇ ਬਰੂਦ, ਕਦੇ ਚਿੰਤਾ ਨਹੀਂ ਪੈ ਕੇ ਭੜਕ ਜਾਂਦੇ ਨੇ, ਲੋਕ ਭੜਕਦੇ ਹੀ ਰਹਿੰਦੇ ਨੇ। ਹਾਂਜੀ, ਹਰ ਹਰ ਜਨ ਕੇ ਉਠ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਹਰ ਹਰ ਜਨ ਕੇ ਉਠ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਕੀ ਗੱਲ ਹੋਈ ਬਈ? ਓਟ ਸਤਾਣੀ, ਹਰ ਹਰ ਜਨ ਕੇ ਓਟ ਸਤਾਣੀ। ਅਸਲ ਦੇ ਵਿੱਚ ਜਿਹੜਾ ਹਤਾਨ ਹੈ ਇਹ ਸ਼ਕਤੀਸ਼ਾਲੀ ਓਟ ਹੈ, ਕਾਲ ਤੋਂ ਨਹੀਂ ਬਚਾਉਣਾ ਹੋਰ ਕਿਸੇ ਨੂੰ ਕਦੀ। ਸਤਾਣੀ ਓਟ ਹੈ, ਸ਼ਕਤੀਸ਼ਾਲੀ ਓਟ ਹੈ,
ਇਹ ਕਾਲ ਤੋਂ ਬਚਾਉਣ ਦੀ ਹਾਂ ਤੇ ਨਹੀਂ ਤਾਂ ਓਟ ਨਾ ਕੋਟ ਨਾ ਛੋਟ ਨਾ ਤੋਸਾ ਨਾ ਖਜ਼ਾਨਾ ਕੰਮ ਆਉਣਾ ਨਾ ਤੇਰੀ ਕਿਲੇ ਦੀ ਓਟ ਬਣਾਈ ਹੋਈ ਕੰਮ ਆਉਣੀ ਹੈ ਦੀਵਾਰ ਦੀ ਨਾ ਤੇਰਾ ਕੋਟ ਕਿਲਾ ਕੰਮ ਆਉਣਾ ਨਾ ਤੈਨੂੰ ਛੋਟ ਹੈ ਵੀ ਰਾਜਾ ਵੀ ਚੱਲੇ ਦੀ ਮਾਫ਼ ਕਰਦੀ ਹੈ ਇਹਨੇ ਬੜਾ ਦਾਨ ਪੁੰਨ ਵੀ ਕੀਤਾ ਚੰਗੇ ਕੰਮ ਵੀ ਕੀਤੇ ਨੇ ਨਾ ਤੋਸਾ ਤੇਰਾ ਖਜ਼ਾਨਾ ਕੰਮ ਆਉਣਾ ਇਹ ਤਾਂ ਸਤਾਣੀ ਓਟ ਹੈ ਫਿਰ ਉਹ ਛੱਡ ਕੇ ਉਹ ਕਹਿੰਦਾ ਵੀ ਮੈਂ ਮਨ ਕੋਲੋਂ ਹਾਰ ਗਿਆ ਮਨ ਕੋਲੋਂ ਨਹੀਂ ਹਾਰਿਆ ਸੱਚ ਕਾਲ ਕੋਲੋਂ ਹਾਰਿਆ ਮਨ ਕੋਲੋਂ ਹਾਰਿਆ ਹੋਇਆ ਆਦਮੀ ਕਾਲ ਕੋਲੋਂ ਹਾਰਿਆ ਹੋਇਆ ਕਾਲ ਰੂਪੇ ਮਨ ਜਿੱਦਣ ਇਹ ਪਤਾ ਲੱਗ ਜੂਗਾ ਵੀ ਮਨ ਕਾਲ ਰੂਪ ਹੈ ਫੇਰ ਬੁੱਧੀ ਮਨ ਨੂੰ ਛੱਡਦੀ ਹੈ ਵਰਨਾ ਛੱਡਦੀ ਹੋਈ ਨਹੀਂ ਕਿਵੇਂ ਛੱਡ ਦੂ ਜਦੋਂ ਪਤਾ ਲੱਗ ਜੂ ਨਾਸਗੇਤ ਹੈ ਇਹਦਾ ਮਨ ਬੰਬ ਬਣਿਆ ਫਿਰਦਾ ਇਹਦਾ ਅੜਾਉਣ ਨੂੰ ਫਿਰਦਾ ਸਾਰਿਆਂ ਨੂੰ ਇਹਦਾ ਡਾਂਗਾ ਮਾਰੇ ਚਾਂਗਾ ਬੇੜੀ ਨੂੰ ਬੁੰਡਾ ਬੇੜੀ ਨੂੰ ਵਾ ਕਾਲ ਪੁਰਖਾ ਮਰਦੇ ਮਨ ਦਾ ਹੀ ਆਇਆ ਉੱਥੇ ਕਾਲ ਪੁਰਖਾ ਇਹ ਇਸੇ ਚ ਕਲਪਨਾ ਹੈ ਕਲਪਨਾ ਦਾ ਹੀ ਸਬੂਤ ਹੋ ਰਿਹਾ ਹੈ ਕੀ ਹੈ ਇਹਨੂੰ ਤਾਂ ਮਾਰ ਜੇ ਇਹ ਨਾ ਮਾਰਿਆ ਤਾਂ ਤੂੰ ਮਰਿਆ ਇਹ ਅਕਾਲ ਵਸ ਕਰਨਾ ਇਹ ਅਕਾਲ ਵਸ ਕਰਨਾ ਮਨ ਵਸ ਕਰਨਾ ਹੀ ਕਾਲ ਵਸ ਕਰਨਾ ਹੋਰ ਕੀ ਹੈ ਕਾਲ ਕਲਪਨਾ ਜਾਂ ਕਲਪਨਾ ਨੂੰ ਕਾਲ ਕਹਿਤਾ ਕਲਪਨਾ ਮਨ ਕਾਮਰੂਪ ਹੀ ਆਇਆ ਸੀ ਕਾਮਰੂਪ ਵੀ ਇਹੀ ਹੈ ਕਾਮ ਇੱਛਾ ਇਸ ਦਿਨ ਪੈਦਾ ਹੁੰਦੀ ਹੈ ਹੋਰ ਕੀ ਹੈ ਸਾਰੀਆਂ ਬਿਮਾਰੀਆਂ ਦਾ ਜੜ ਇਹੀ ਹੈ ਉਨਾ ਚਿਰ ਹੈ ਬਿਮਾਰੀਆਂ ਦੀ ਜੜ ਜਿੰਨਾ ਚਿਰ ਇਹ ਭਰਮ ਉਸ ਭਰਮ ਦਾ ਇਲਾਜ ਕਰਨਾ ਸੱਚ ਫਿਰ ਆਪੇ ਛੱਡ ਦਿੰਦਾ ਸਭ ਕੁਛ ਫਿਰ ਆਪੇ ਛੱਡ ਦਿੰਦਾ ਇਹ ਉਹ ਪੱਧਰ ਵੀ ਹੈ ਇਹਨੂੰ ਉਹ ਪੱਧਰ ਵੀ ਕਹਿੰਦੇ ਨੇ ਉਹਦੇ ਵਿੱਚ ਹਿੰਦੀ ਚ ਉਹ ਪੱਧਰ ਵੀ ਨੂੰ ਉਗਰਵਾਦੀ ਕਹਿਣ ਲੱਗ ਗਏ ਹੁਣ ਅੱਜ ਕੱਲ੍ਹ ਜਿਹੜੇ ਉਗਰਵਾਦੀ ਕਹਿੰਦੇ ਨੇ ਪਿੱਛੇ ਉਹ ਪੱਧਰ ਵੀ ਕਹਿੰਦੇ ਨੇ ਉਹ ਪੱਧਰ ਵੀ ਥੋੜਾ ਜਿਹਾ ਐਂ ਹੋ ਜਾਂਦਾ ਵੀ ਅਮਨ ਬਦਮਨੀ ਅਮਨ ਵਿਗਾੜਨਾ ਅਤਵਾਦੀ ਜਦ ਉਹਨੇ ਜਦ ਐਸਾ ਧਮਾਕਾ ਕਰਨਾ ਜੀ ਰਾਜੀ ਮਰ ਜਾਣ ਦੋਹਾਂ ਚ ਇੰਨਾ ਫਰਕ ਹੈ ਹਾਂਜੀ ਹਰ ਹਰ ਜਨ ਕੇ ਉਸ ਤਾਣੀ ਹਰ ਪ੍ਰਤਾਪ ਜਨ ਅਵਰ ਨਾ ਹਰ ਹਰ ਜਨ ਕੇ ਹਰ ਹਰ ਜਨ ਇੱਕ ਹਰ ਉੱਧਰ ਲੱਗਣਾ ਜਾਣਨਾ ਦੋ ਵਾਰੀ ਆ ਗਿਆ ਹਰ ਹਰ ਇੱਕ ਤਾਂ ਹਰ ਹਰ ਜਾਣਨਾ ਹੋਊ ਮੈਨੂੰ ਪਤਾ ਸੀ ਤੈਨੂੰ ਪ੍ਰੋਬਲਮ ਆ ਤਾਂ ਹੀ ਕਰੇਗਾ ਹਰ ਹਰ ਜਨ ਕੇ ਹਰ ਜਨ ਜਿਹੜਾ ਹਰ ਜਨ ਹੈ ਉਹ ਹਰ ਦੀ ਓੜ ਚ ਰਹਿੰਦਾ ਪਿੱਛੇ ਰਹਿੰਦਾ ਹਰ ਤੇ ਅੱਗੇ ਨਹੀਂ ਰਹਿੰਦਾ ਪਾਣੇ ਚ ਰਹਿੰਦਾ ਆਪਣਾ ਪਾਣਾ ਮੂਹਰੇ ਹੁੰਦਾ ਆਪਣੇ ਪਾਣੇ ਵਾਲਾ ਮੂਹਰੇ ਹੁੰਦਾ ਗੁਰਦੇ ਪਾਣੇ ਵਾਲਾ ਪਿੱਛੇ ਹੁੰਦਾ ਆਪਣੇ ਪਾਣੀ ਚੱਲਣ ਵਾਲਾ ਮੂਹਰੇ ਹੁੰਦਾ ਸਰਦਾਰ ਜਿਹੜਾ ਬਣੂ ਸਰਦਾਰ ਬਣੂ ਅਗਲਾ ਕਹਿੰਦਾ ਵੀ ਭਾਈ ਤੂੰ ਵੱਡਾ ਮੂਹਰੇ ਫਿਰ ਹਾਂਜੀ ਹਰ ਜਨ ਕਹਿ ਓਟ ਸਦਾਣੇ ਹਰ ਜਨ ਦੇ ਉਹਦੇ ਵਾਸਤੇ ਹਰ ਸ਼ਕਤੀਸ਼ਾਲੀ ਓਟ ਉਹ ਆਪਣੇ ਹਰ ਦੇ ਪਿੱਛੇ ਰੱਖਦੇ ਨੇ ਹਰ ਕਈ ਦਾ ਜਨ ਬਣ ਕੇ ਤਾਂ ਓਟ ਚੱਲਦੀ ਹਰ ਜਨ ਕਹਿੰਦੇ ਉਹਨੂੰ ਜਿਹੜਾ ਹਰ ਦੀ ਓਟ ਜੋਗੇ ਹਰ ਜਨ ਹੀ ਖੋ ਗਿਆ ਟਾਰਗੇਟ ਹਰ ਨੂੰ ਨੀ ਕੋਈ ਕਰ ਸਕਦਾ ਨਾ ਕਰਦਾ ਹੁੰਦਾ ਕਾਲ ਹਰ ਨੂੰ ਟਾਰਗੇਟ ਨਹੀਂ ਕਰਦਾ ਕਦੇ ਵੀ ਹਰ ਤੇ ਕਿਵੇਂ ਹਮਲਾ ਕਰ ਹਰ ਤਾਂ ਉਹ ਹਰ ਦਾ ਤਾਂ ਕੁੱਤਾ ਹੈ ਕਾਲ ਉਹ ਹਾਂ ਦੂਹਾ ਪਿਛਲੇ ਪਾਸੇ ਲੁੱਕ ਗਿਆ ਉਹਦੇ ਦੂਹਾ ਪਿਛਲੇ ਪਾਸੇ ਲੁੱਕ ਗਿਆ ਓਟ ਚ ਆ ਗਿਆ ਉਹ ਦਿੰਦਾ ਹੀ ਉਹਨੂੰ ਓਟ ਚ ਆਇਆ ਦਿੰਦਾ ਹੀ ਨਹੀਂ ਇਹ ਮਨ ਸੁਣਨਾ ਲੁੱਕਾ ਹੈ ਜਦ ਮਨ ਸੁਣ ਹੋ ਗਿਆ ਤੇ ਵਿੱਚੇ ਸਮਾ ਗਿਆ ਲੁੱਕ ਗਿਆ ਹਰ ਰਹਿ ਗਿਆ ਆਪ ਰਹਿ ਨਹੀਂ ਨਹੀਂ ਲੁਕਦਾ ਸੁਣ ਹੋ ਕੇ ਸੁਣ ਹੋਵੇ ਤਾਂ ਲੁਕੇ ਨਾ ਸੁਣ ਨਹੀਂ ਤਾਂ ਲੁਕਦਾ ਵੀ ਨਹੀਂ ਹੈ ਸੁਣ ਹੋ ਕੇ ਲੁਕਦਾ ਨਹੀਂ ਸੁਣ ਹੋ ਜਾਵੇ ਤਾਂ ਲੁਕ ਜਵੇ
ਇਹ ਸਹਿਜ ਹੋਇਆ ਫਿਰਦਾ ਜਿਹੜਾ ਆਪਣਾ ਭਾਣਾ ਤਿਆਰ ਕਰੀ ਫਿਰਦਾ ਸਹਿਜ ਹੈ। ਇਹ ਸਹਿਜ ਕਰਕੇ ਹੀ ਤਾਂ ਸਭ ਕੁਛ ਕਰ ਲੈਂਦਾ, ਕੁਛ ਸਹਿਜ ਬਿਨਾਂ ਕੁਛ ਨਹੀਂ ਹੋ ਸਕਦਾ। ਸੁਣਨ ਵਾਲਾ ਕੁਛ ਕਰ ਨਹੀਂ ਸਕਦਾ, ਸਹਿਜ ਵਾਲਾ ਹੀ ਕੁਛ ਕਰ ਸਕਦਾ। ਜਾਗਰਤ ਹੈ ਨੀ ਪਰ ਸੁਪਨਾ ਨੀ ਬਚਾ ਲੈ ਸੁਪਨਾ। ਜੇ ਜਾਗਰਤ ਹੋਵੇ ਫਿਰ ਧੋਖਾ ਕਿਵੇਂ ਹੋਵੇ? ਜਾਗਰਤ ਆਜ ਨੂੰ ਧੋਖਾ ਨੀ ਹੁੰਦਾ, ਜਾਗਰਤ ਵੀ ਹੈ ਨੀ। ਜਾਗਰਦਾਰ ਨੂੰ ਧੋਖਾ ਕਿਵੇਂ ਹੋਵੇ? ਹਾਂ ਵਿਚਾਰ ਲੈ ਸੁਪਨਾ, ਵਿਚਾਰ ਲੈ ਸੁਪਨਾ ਹੀ ਹੁੰਦਾ। ਹਰ ਗੱਲ ਦੇ ਕਹਿਣਾ ਚ ਰੌਂਡ ਹੈ, ਐਵੇਂ ਥੋੜੀ ਜਿਹਾ ਚਰਚਾ ਕਰਨ ਬੈਠਣਾ ਅਗਲਾ, ਉੱਥੇ ਤਾਂ ਲੱਭਦਾ ਨਾ ਪੈਣਾ ਹੇਰਫੇਰ। ਸੱਤ ਸੱਤ ਪੰਕਤੀਆਂ ਪੈਂਦੀਆਂ ਇੱਕ ਗੱਲ ਤੇ, ਫੇਰ ਫੋਕਸ ਸਹੀ ਮਿਲ ਗਿਆ ਚਾਨਣ ਪੈਂਦਾ, ਜਿਵੇਂ ਕਾਲ ਪੁਰਖ ਹੈ ਮਣੇ ਕਾਲ ਰੂਪ ਹੈ। ਹੋਰ ਕੀ ਹੈ? ਸੱਤ ਪੰਕਤੀਆਂ ਨੇ ਆ ਕੇ ਰੋਸ਼ਨੀ ਪਾਤੀ ਤਾਂ ਫਿਰ ਪੱਖਾ ਹੋ ਗਿਆ ਉਹਨਾਂ ਨੂੰ। ਉਹ ਤਾਂ ਕਈ ਵਾਰ ਤਾਂ ਮੈਂ ਕਿਹਾ, ਯਾਨੀ ਜਦ ਹੁਣ ਕੱਠਾ ਫੋਕ ਹੋ ਗਿਆ ਚਾਰਾਂ ਪਾਸੇ ਲਾਈਟ ਪੈ ਗਈ ਜ਼ਿਆਦਾ ਜ਼ਿਆਦਾ, ਐਂਗਲ ਕਈ ਆ ਗਏ ਨਾ ਮੈਨੂੰ ਦੇਖਣ। ਹਾਂ ਹਾਂਜੀ, ਹਰ ਹਰ ਜਨ ਕਹਿ ਮੁਰਸ ਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੇ। ਹਰ ਪ੍ਰਤਾਪ, ਹਰ ਦਾ ਪ੍ਰਤਾਪ ਜਾਣਿਆ, ਹੋਰ ਕਿਸੇ ਨੂੰ ਕੁਛ ਨੀ ਸਮਝੇ, ਕਿਸੇ ਦੇਵੀ ਦੇਵਤੇ ਨੂੰ, ਹੋਰ ਕਿਸੇ ਨੂੰ, ਦੁਨੀਆਂ ਤੇ ਕਿਸੇ ਚੀਜ਼ ਤੋਂ ਪ੍ਰਭਾਵਿਤ ਹੀ ਨਹੀਂ ਜਨ। ਹਰ ਵੱਡ ਪ੍ਰਤਾਪ ਨਾ ਨਾਨਕ ਤੋਂ ਪ੍ਰਭਾਵਿਤ ਆ, ਨਾ ਗੁਰੂ ਗੋਬਿੰਦ ਸਿੰਘ ਤੋਂ ਪ੍ਰਭਾਵਿਤ ਆ, ਉਹ ਨੀ ਪ੍ਰਭਾਵਿਤ ਹਰ ਤੋਂ ਮੈਨੂੰ ਕਿਸੇ ਤੇ। ਉਹਦਾ ਬੰਦੇ ਨੇ ਆਦਮੀ ਦਾ ਜਿਹੜਾ ਬੰਦੇ ਦਾ ਬੰਦਾ ਜਿਹੜਾ ਹੁੰਦਾ ਉਹ ਤਾਂ ਮੂਰਖ ਹੁੰਦਾ। ਤੈਂ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਇਹ ਆਦਮੀ ਵਾਲੀ ਲਾਈਨ ਨਹੀਂ ਹਟਦੀ। ਅਸੀਂ ਆਪਣਾ ਆਪਣੇ ਨਾਲ ਆਪਣੇ ਨੂੰ ਐਕਸੈਪਟ ਕਰਦੇ, ਸਾਨੂੰ ਕੋਈ ਇਤਰਾਜ਼ ਨਹੀਂ, ਦੂਏ ਦਾ ਐਕਸੈਪਟ ਸਾਨੂੰ ਹੈ। ਜੇ ਕੋਈ ਕਹਿ ਰਿਹਾ ਰਾਮਚੰਦਰ ਇਹ ਹੈ ਉਹ ਹੈ, ਉਹਨੂੰ ਨਹੀਂ ਮੰਨਣਾ ਚਾਹੀਦਾ, ਅਸੀਂ ਕਹਿੰਦੇ ਬਿਲਕੁਲ ਨਹੀਂ ਮੰਨਣਾ ਚਾਹੀਦਾ। ਪਰ ਜੇ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਣਾ ਚਾਹੀਦਾ, ਫਿਰ ਤਕਲੀਫ ਹੁੰਦੀ ਹੈ, ਫਿਰ ਸੁਣਨ ਲੱਗ ਜਾਂਦਾ। ਜੇ ਉਹ ਵੀ ਆਦਮੀ ਇਹਨਾਂ ਇਹਨਾਂ ਉਹ ਨਹੀਂ ਸੀ ਆਦਮੀ, ਫਿਰ ਸੌ ਬਹਾਨਾ ਬਣਾਉਣਗੇ, ਫਿਰ ਕਾਹਦੇ ਬਹਾਨਾ। ਜਦ ਆਪਣੇ ਘਰ ਨੂੰ ਆਉਂਦੀ ਹੈ ਨਾ, ਫਿਰ ਪਤਾ ਲੱਗਦਾ ਸੱਚ ਦਾ। ਆਪਣੇ ਘਰ ਨੂੰ ਛੁਰੀ ਉਹੀ ਜਦ ਆਉਂਦੀ ਹੈ ਫਿਰ ਪਤਾ ਲੱਗਦਾ। ਜਦ ਦੂਏ ਦਿਨ ਜਾਂਦੀ ਹੈ ਫਿਰ ਦੂਏ ਦਿਨ ਲੱਗੀ ਤਾਂ ਬਸੰਤਰ ਹੈ, ਆਪਣੇ ਲੱਗੀ ਅੱਗ ਹੈ, ਉਹ ਨਹੀਂ ਬਰਦਾਸ਼ਤ। ਕਿਉਂਕਿ ਦੁਨੀਆਂ ਭਰ ਨੂੰ ਤੁਸੀਂ ਕਿਹਾ, ਦਸਮ ਦੇ ਵਿੱਚ ਕਿਹਾ, ਆ ਚ ਕਿਹਾ, ਤੁਸੀਂ ਆਪਣੇ ਆਪ ਨੂੰ ਛੋੜ ਕੇ ਬੁਲਾ ਲਈ ਹੁਣ। ਬਸ ਅਸਲ ਦੇ ਵਿੱਚ ਦੂਏ ਸਾਰੇ ਬਚਾਉਣੇ ਤੇ, ਦੂਏ ਵੀ ਬਚਾਉਣੇ ਤੇ, ਇਹ ਧਰਮ ਨੂੰ ਲਿਆਉਣਾ ਸੀ, ਸਾਰੇ ਦੂਏ ਧਰਮ ਬਚਾ ਕੇ ਏਕਤਾ ਕਰਨੀ। ਵੀ ਇਹਦੇ ਬਿਨਾਂ ਸਰਦੀ ਸਾਨੂੰ ਨਹੀਂ ਸਰਦਾ। ਰਾਜ ਕਰਨਾ ਪੰਜਾਬ ਦਾ, ਇੱਦਾਂ ਨਹੀਂ ਹੋਣਾ ਜਿਵੇਂ ਕਿ ਕਲੇਸ਼ ਪੈ ਗਿਆ। ਜੇ ਗੱਲਾਂ ਕਰਦੇ ਰਹੇ ਦਸਮ ਪਾਤਸ਼ਾਹ, ਕਲੇਸ਼ 20 ਵਾਰ ਪੈ ਚੁੱਕਿਆ। ਪਹਿਲਾਂ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਫਿਰ 9ਵੇਂ ਨੂੰ ਸ਼ਹੀਦ ਕੀਤਾ, ਫਿਰ ਉੱਥੇ ਅੰਮ੍ਰਿਤਸਰ। ਕਾਹਦੇ ਵਾਸਤੇ? ਆਮ ਵਿਰੋਧ, ਵਿਚਾਰ ਧਾਰਕ ਵਿਰੋਧ ਕਰਕੇ, ਹੋਰ ਕਾਹਦੇ ਕਰਕੇ? ਇਸ ਕਰਕੇ ਇਹਨੂੰ ਚੱਲ ਤਾ ਤਿਆਗਣ ਨਾ ਕਰਾਉਣ। ਅੱਜ ਵੀ ਤਿਆਗਦੇ ਨੇ ਲੋਕ, ਜਿਹੜੀ ਚੀਜ਼ ਤੋਂ ਗੱਲ ਧਰਮ ਤੇ ਅਸੀਂ ਕੀ ਲੈਣਾ, ਰੋਟੀ ਖਾਈਏ, ਨਿਆਣੇ ਪੜ੍ਹੀਏ, ਪਹਿਲਾਂ ਸਹੀ ਗੱਲ ਹੈ। ਸਰਕਾਰ ਵੀ ਕਹਿੰਦੇ ਧਰਮ ਦੀਆਂ ਗੱਲਾਂ ਨੂੰ ਪਿੱਛੇ ਰੱਖੋ, ਪਰ ਉਹ ਜਿਹੜੀਆਂ ਪਿੱਛੇ ਰੱਖਣ ਵਾਲੀਆਂ ਗੱਲਾਂ ਨੇ ਝੂਠੀਆਂ ਨੇ। ਇਹਦਾ ਤਾਂ ਇਤਰਾਜ਼ ਚਾਹੀਦਾ ਹੀ ਨਹੀਂ ਕਿਸੇ ਨੂੰ। ਇਹ ਜੇ ਧਰਮ ਨਹੀਂ ਹੈ ਤਾਂ ਦੁਨੀਆਂ 'ਚ ਕਰਪਸ਼ਨ, ਧੱਕੇਸ਼ਾਹੀ ਹੈ, ਬੁਰਾਈ ਉਹ ਤਾਂ ਹੈ ਜੇ ਧਰਮ ਹੈ ਨਹੀਂ। ਜਿਨ੍ਹਾਂ ਨੇ ਬੁਰਾਈ ਕਰਨੀ ਹੈ, ਧੱਕੇਸ਼ਾਹੀ ਕਰਨੀ ਹੈ, ਉਹ ਇਹਨੂੰ ਬਰਦਾਸ਼ਤ ਨਹੀਂ ਕਰਦੇ। ਜਿਹੜਾ ਤਬਕਾ ਉੱਤੇ ਸੀ, ਛਤਰੀ ਸੀ, ਬ੍ਰਾਹਮਣ ਸੀ, ਉਹ ਕਿਉਂ ਮੰਨਦਾ ਹੈ ਧਰਮ ਨੂੰ? ਬਈ ਹਰੀਜਨ ਤਾਂ ਮੰਨਦੇ, ਚਲੋ ਉਹ ਤਾਂ ਨੀਵੇਂ ਤੇ, ਨੀਵੀਆਂ ਜਾਤਾਂ ਤਾਂ ਮੰਨਦੀਆਂ, ਜਿਹੜੇ ਉੱਪਰ ਨਾ ਉਹਦਾ ਤਾਂ ਮੰਨਦੇ। ਉਹਨਾਂ ਨੇ ਵਿਰੋਧ ਕੀਤਾ ਕਰਦੇ, ਔਰ ਉਹਨਾਂ ਜੋ ਵੀ ਮੂਰਖਾਂ ਨੇ ਵਿਰੋਧ ਕੀਤਾ, ਜਿਹੜੇ ਸਿਆਣੇ ਤੇ ਚੰਗੇ ਤੇ, ਉਹਨਾਂ ਨੇ ਕੀਤਾ ਵੀ ਹੈ ਵਿਰੋਧ। ਮਤੀਦਾਸ ਵੀ ਬ੍ਰਾਹਮਣ ਹੈ, ਆਹੋ ਸਤੀਦਾਸ ਵੀ ਬ੍ਰਾਹਮਣ ਹੈ,
ਇਹ ਕਿਤੇ ਸਿੱਖ ਵਿਕਸੇ ਨੇ ਸਾਰੇ ਸਿੱਖਾਂ ਬ੍ਰਾਹਮਣਾਂ ਚੋਂ ਵੀ ਨੇ ਛਤਰੀਆਂ ਚੋਂ ਛਤਰੀਆਂ ਤਾਂ ਗੁਰੂ ਏ ਸੀ ਜੱਟਾਂ ਜਿਵੇਂ ਸਾਰੇ ਹੀ ਆ ਚੋਦੇ ਪਰ ਇਹ ਜਿਹੜਾ ਚਿੰਤਨ ਕਾ ਬਿਰਬਾ ਹੁੰਦਾ ਇਹਦੇ ਅਲੱਗ ਢਾਕ ਪਲਾਸੇ ਹੁੰਦਾ ਬਾਕੀ ਸਿੰਬਲ ਦਾ ਰੁੱਖ ਔਰ ਜਿਹੜੇ ਬੜੇ ਬੜੇ ਰੁੱਖ ਨੇ ਨਾ ਹੋਰ ਉਹ ਨਹੀਂ ਹੁੰਦੇ ਜਿਹਨੂੰ ਕੋਈ ਨਹੀਂ ਪੁੱਛਦਾ ਉਹਨੂੰ ਇਹ ਬਰਾਬਰ ਸਮਝਦੇ ਨਾ ਦੋਆਂ ਦੇ ਇੱਕੋ ਯਾਦਰ ਦਿੰਦਾ ਕਰਕੇ ਉਹ ਢਾਕ ਪਲਾਸ ਨੇੜੇ ਆ ਜਾਂਦੇ ਉਹ ਕਹਿੰਦਾ ਚੰਦਨ ਕਾ ਰੁੱਖ ਦਰਬਾ ਪਲਾ ਬੇੜੇ ਉਹ ਢਾਕ ਪਲਾਸ ਉਹ ਕਹਿੰਦੇ ਉਹ ਵੀ ਚੰਗਾ ਚਾਹੇ ਆੜਦਾ ਰਹੇ ਉਹਦੇ ਢਾਕ ਪਲਾਸ ਹੈ ਕੋਈ ਬਹੁਤਾ ਕੀਮਤੀ ਦਰਖਤ ਨਹੀਂ ਹੈ ਇਹਦੇ ਘਾਸ ਗਰੀ ਨਹੀਂ ਜਾਂਦੀ ਕਿਸੇ ਨੂੰ ਹਾਂਜੀ ਪੋਤ ਪੋਤ ਜਦ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਦੇਖੋ ਪੋਤ ਪੋਤ ਜਦੋਂ ਹੋ ਜਾਂਦਾ ਨਾ ਨਾਮ ਰਸ ਦੇ ਵਿੱਚ ਜਾਣੀ ਪੋਤ ਪੋਤ ਹੁੰਦਾ ਜਿਵੇਂ ਸਰੀਰ ਹੈ ਸਾਡਾ ਖੂਨ ਇਹਦੇ ਵਿੱਚ ਓਤ ਪੋਤ ਹੈ ਜਿਧਰੋਂ ਮਰਜ਼ੀ ਸੂਈ ਮਾਰ ਲਓ ਖੂਨ ਨਿਕਲੇ ਹੋਊਗਾ ਓਤ ਪੋਤ ਹੀ ਹੈ ਸੱਚ ਮਾਰ ਲਓ ਟੱਕ ਦੇ ਲੋ ਉੱਥੋਂ ਨਿਕਲਿਆ ਹੋਊਗਾ ਚੀਰਾ ਚੀਰਾ ਪੈਰ ਤੇ ਲੋ ਤਾਂ ਨਿਕਲਿਆ ਹੋਊਗਾ ਤੇ ਖੂਨ ਤਾਂ ਓਤ ਪੋਤ ਹੈ ਫਿਰ ਕਿਤੇ ਇੱਕ ਥਾਂ ਤਾਂ ਥੈਲੀ ਹੈ ਨੀ ਇੱਧਰ ਹੈ ਨੀ ਇੱਧਰ ਹੈ ਨੀ ਵੀ ਇੱਕੋ ਥਾਂ ਓਤ ਪੋਤ ਸਾਰੀ ਜਗ੍ਹਾ ਹੀ ਹੋਵੇ ਚੀਜ਼ ਜੇ ਮਿੱਟੀ ਗਿੱਲੀ ਆ ਓਤ ਪੋਤ ਪਾਣੀ ਹੋ ਗਿਆ ਸਾਰੀ ਗਿੱਲੀ ਇਸ ਤਰੀਕੇ ਨਾਲ ਜਦੋਂ ਨਾਮ ਦੇ ਵਿੱਚ ਓਤ ਪੋਤ ਹੋ ਗਿਆ ਕੋਈ ਨਾਮ ਰਸ ਮਾਤੇ ਹਰ ਰਸ ਰਾਤੇ ਹਰ ਰਸ ਰਾਤੇ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਫੇਰ ਸੁਨ ਸਮਾਧ ਹੁੰਦਾ ਮਨ ਉਦੋਂ ਪਹਿਲਾਂ ਸੁਨ ਸਮਾਧ ਹੁੰਦਾ ਹੀ ਨਹੀਂ ਜਿਵੇਂ ਹੋਰ ਤਰੀਕੇ ਨਾਲ ਗੱਲ ਕਰਦੇ ਹਾਂ ਆਪਾਂ ਕਿਉਂ ਬੋਲ ਹੋਏ ਜੋ ਜੀਵ ਦੇ ਉੱਥੇ ਗਿਆ ਜੇ ਕਿਸੇ ਕੋਈ ਨਾ ਹਟਦਾ ਹੋਵੇ ਨਾ ਬੋਲਦਾ ਕੀ ਕਰਦੇ ਨੇ ਜਦੋਂ ਸ਼ਰਾਬ ਨੂੰ ਪੀਂਦੇ ਨੇ ਕਿਸੇ ਪਾਰਟੀ 'ਚ ਘਰ ਘਰ ਉਦੋਂ ਫਿਰ ਉਦੋਂ ਫਿਰ ਜਿਹੜਾ ਆਦਮੀ ਜ਼ਿਆਦਾ ਬੋਲੀ ਜਾਵੇ ਨਾ ਹਟੇ ਉਹਨੂੰ ਕਹਿੰਦੇ ਵੀ ਇਹਨੂੰ ਇੱਥੇ ਘਲਾ ਦੋ ਵੀ ਇਹ ਚੁੱਪ ਕਰਕੇ ਡਿੱਪ ਪਏ ਹੁਣ ਪੈ ਜਾਵੇ ਬਈ ਇਹਦੀ ਬੋਲਤੀ ਬੰਦ ਕਰ ਦੋ ਇਹਨੂੰ ਹੋਰ ਫਲਾ ਦੋ ਹੁਣ ਗੁੜੋ ਚ ਕਰ ਦੋ ਇਹ ਕਹਿੰਦੇ ਜਿਹੜੇ ਨਾਮ ਰਸ ਮਾਤੇ ਹੁੰਦੇ ਨੇ ਨਾ ਨਾਮ ਦੇ ਰਸ ਦਾ ਮੱਤਿਆ ਜਾਂਦਾ ਪੂਰਾ ਨਸ਼ਾ ਹੋ ਜਾਂਦਾ ਜਿਹਨੂੰ ਅਸਲ ਦੇ ਵਿੱਚ ਮਾਤਾ ਮੱਤ ਮਾਰੀ ਹੋਈ ਨੂੰ ਕਹਿੰਦੇ ਨੇ ਨਾਮ ਰਸ ਮਾਤੇ ਮਾਤੇ ਮੱਤ ਮਾਰੀ ਗਈ ਉਹਨਾਂ ਦੀ ਹਰ ਰਸ ਅੱਛਾ ਹਰ ਦਾ ਰੰਗ ਚੜਿਆ ਹੋਇਆ ਓਤ ਪੋਤ ਜਨ ਹਰ ਰਸ ਦਾਤੇ ਸੁਨ ਸਮਾਧ ਨਾਮ ਰਸ ਮਾਤੇ ਨਾਮ ਰਸ ਦੇ ਮਾਤੇ ਉਹੀ ਗੱਲ ਹੁੰਦੀ ਨਾ ਉਹਨਾਂ ਦੀ ਨਾਮ ਰਸ ਨੇ ਮੱਤ ਮਾਰ ਦਿੱਤੀ ਹੁੰਦੀ ਹੈ ਕਿਹੜੀ ਮੱਤ ਭਲਾ ਦੋ ਕਿਸਮ ਦੀ ਮੱਤ ਹੈ ਇੱਕ ਜਿਹੜੀ ਦੁਰਮੱਤ ਹੈ ਉਹ ਤਾਂ ਮਾਰਨੀ ਹੈ ਅਸੀਂ ਨਾਮ ਦੁਰਮਤ ਨੂੰ ਮਾਰ ਦਿੰਦਾ ਜਿਹੜਾ ਭਰਮ ਹੈ ਗੁਰ ਉਹ ਜਿਹੜੀ ਦੂਈ ਅਕਲ ਹੈ ਉਹਨੂੰ ਮਾਰ ਦਿੰਦਾ ਪੋਜ਼ੀਟਿਵ ਅਕਲ ਨੂੰ ਮਾਰ ਦਿੰਦਾ ਨਾਮ ਨੈਗੇਟਿਵ ਅਕਲ ਨੂੰ ਮਾਰ ਦਿੰਦਾ ਕਬੁੱਧ ਨੂੰ ਨਾਮ ਮਾਰ ਦਿੰਦਾ ਸਬੁੱਧ ਨੂੰ ਜਿਹੜਾ ਹੈ ਭਰਮ ਮਾਰਦਾ ਅਬਕਾਰ ਮਾਰਦੇ ਨੇ ਜੇ ਨਾਮ ਦਾ ਜਿਹੜਾ ਰਸ ਲੈਂਦੇ ਨੇ ਉਹਨਾਂ ਦੀ ਕਬੁੱਧ ਦਾ ਨਾਸ ਹੁੰਦਾ ਹੁੰਦਾ ਜਾਂ ਕਬੁੱਧ ਦਾ ਨਾਸ ਹੋ ਗਿਆ ਕਬੁੱਧ ਦਾ ਨਾਸ ਦਾ ਨਿਸ਼ਾਨੀ ਇਹ ਹੈ ਕਿ ਆਦਮੀ ਹੁਕਮ ਦਾ ਵਿਰੋਧ ਨਹੀਂ ਕਰਦਾ ਫਿਰ ਕਰਦਾ ਹੀ ਨਹੀਂ ਭਾਣਾ ਮਿੱਠਾ ਲੱਗਣ ਲੱਗ ਜਾਂਦਾ ਉਹ ਕਬੁੱਧ ਹੈ ਸਾਡੀ ਜਿਹੜੀ ਭਾਣਾ ਮਿੱਠਾ ਲੱਗਣ ਨਹੀਂ ਦਿੰਦੀ ਉਹ ਕਬੁੱਧ ਹੈ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਸੁਨ ਸਮਾਧ ਨਾਮ ਰਸ ਮਾਤੇ ਫਿਰ ਉਹ ਸੁਨ ਸਮਾਧ ਹੋ ਜਾਂਦਾ ਬਣ ਜਿਵੇਂ ਸੌ ਜਾਂਦਾ ਨਾ ਆਦਮੀ ਜ਼ਿਆਦਾ ਜਾਂ ਮਤ ਮਨ ਮਨ ਪਤ ਸੀ ਉਹ ਮਾਰੀ ਗਈ ਕਹਿੰਦੇ ਸੌਣਾ ਹੀ ਹੋਰ ਕੀ ਗੱਲ ਮਾਤੇ ਦਾ ਮਤਲਬ ਮਾਰਿਆ ਜਾਣਾ ਮੈਂ ਕਿਹਾ ਮਤ ਜਦ ਮਨ ਦੀ ਮਤ ਮਾਰੀ ਜਾਂਦੀ ਹੈ ਤਾਂ ਇਹ ਨਾ ਚਿਰ ਮਤ ਦੀ ਆ ਹਰਦਾ ਨਹੀਂ ਬੋਲਣ ਦੇ
ਹਾਂ ਬਿਲਕੁਲ ਇਹਦਾ ਮਤ ਮਾਰੀ ਜਾਂਦੀ ਹੈ ਤਾਂ ਬੋਲਣ ਤੇ ਹੁੰਦਾ ਇਹਨੂੰ ਨਸ਼ਾ ਹੀ ਇੰਨਾ ਦੇ ਦੋ ਵਿੱਚ ਇਹਦਾ ਬੋਲ ਨਿਕਲੇ ਹੀ ਨਾ ਮਤ ਮਾਰ ਦਿੰਦੀ ਹੈ ਗੁਰਮਤ ਕਿਉਂ ਬੋਲ ਹੋਵੇ ਜੋ ਖੀਵੇ ਹਾਂ ਕਿਉਂ ਬੋਲ ਹੋਵੇ ਖੀਵੇ ਮੱਥੇ ਹੀ ਹੁੰਦਾ ਜੇ ਗੁਰਮਤ ਮਤ ਨੂੰ ਨਹੀਂ ਮਾਰਦੀ ਤਾਂ ਫਿਰ ਅਜੋ ਸਾਡੇ ਮੰਨਣ 'ਚ ਫਰਕ ਹੈ ਅਸੀਂ ਗੁਰਮਤ ਦਾ ਪੂਰਾ ਸਾਥ ਨਹੀਂ ਦੇ ਰਹੇ ਮਨਮਤ ਦਾ ਵੀ ਸਾਥ ਦੇ ਰਹੇ ਹਾਂ ਗੁਰਮਤ ਦਾ ਵੀ ਦੇ ਰਹੇ ਹਾਂ ਜੇ ਮਨਮਤ ਨਹੀਂ ਗੁਰਮਤ ਨਹੀਂ ਮਰਦੀ ਤਾਂ ਸਾਡੀ ਉਹ ਬਚਾਈ ਹੋਈ ਹੈ ਕੋਈ ਵਜ੍ਹਾ ਨਹੀਂ ਸੀ ਬਚਣ ਜਿਹਦਾ ਘਰ ਚ ਹੈ ਉਹੀ ਬਚਾਊਗਾ ਫਿਰ ਤਾਂ ਸਾਡੇ ਚ ਹੈ ਬਚਾਈ ਸਾਡੀ ਹੈ ਇਹ ਤਾਂ ਡਰਾਈ ਨਹੀਂ ਕੀਤਾ ਜਾ ਸਕਦਾ ਹਾਂਜੀ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਆਠ ਪਹਿਰ ਜਨ ਹਰ ਹਰ ਜਪੈ ਜਾਣ ਕੀ ਕਰਦਾ ਅੱਠੇ ਪਹਿਰ ਹਰ ਦਾ ਜਾਪ ਕਰਦਾ ਦੇਖੋ ਜਪ ਕਰਦਾ ਫਿਰ ਵੀ ਸਮਝਣਾ ਜਪਦਾ ਕੀ ਜਪਦਾ ਭਲਾ ਉੱਚੇ ਤੇ ਉੱਚਾ ਭਗਵੰਤ ਬੰਦ ਜਪ ਨਹੀਂ ਆਉਣਾ ਉਹ ਜਪਿਆ ਦਾ ਹੋਈ ਆ ਉਹਦੀਆਂ ਅਮਰੀਕੀਆਂ ਉਹ ਸੁਰਮੇ ਨੂੰ ਹੋਰ ਪਿੱਸੀ ਜਾਂਦਾ ਉਹ ਬਚਾ ਜਪਦਾ ਹੁੰਦਾ ਵਿਚਾਰਨਾ ਹੀ ਹੁੰਦਾ ਜਿੰਨਾ ਜ਼ਿਆਦਾ ਵਿਚਾਰੀ ਜਾ ਉਹ ਬਾਣੀ ਨੂੰ ਉਹਨਾਂ ਕੁਛ ਨਵਾਂ ਸਾਹਿਬ ਮੇਰਾ ਨੀਤ ਨਵਾਂ ਨਿਕਲੀ ਜਾਂਦਾ ਕੁਛ ਇਹਦੇ ਚ ਪਰ ਉਹ ਦੇਖਦੇ ਹੀ ਆ ਕਦੋਂ ਤੋਂ ਕਈ ਵਾਰ ਕੀਤਾ ਹੈ ਬਸ ਉਹ ਬੋਲਣ ਲੱਗਿਆ ਨੀ ਬਸ ਉਹ ਅਵਸਥਾ ਹੀ ਉਹ ਬਣ ਜਾਂਦੀ ਹੈ ਉਦੋਂ ਹੀ ਬਣ ਜਾਣੀ ਹੈ ਉਹ ਜਿਹੜੇ ਪਿੱਛੇ ਸੁਣਿਆ ਬਾਅਦ ਚ ਪੜ੍ਹਿਆ ਲਿਖਿਆ ਉਹ ਬੁਰੇ ਆ ਜਾਣੇ ਬਾਅਦ ਦੇ ਵਿੱਚ ਬੋਲੇ ਉਹ ਸਾਰੇ ਦਾ ਵਿਜ਼ਨ ਬਣ ਕੇ ਨਵੀਂ ਗੱਲ ਨਿਕਲੀ ਜਿੱਥੇ ਕਿਤੇ ਸਾਈਡ ਤੇ ਗੱਲ ਜਾਂਦੀ ਸੀ ਉਹ ਵੀ ਕਲੀਅਰ ਹੋ ਜਾਣੀ ਹੈ ਨਾਲੇ ਕੀ ਪਤਾ ਕਿੱਧਰ ਐਂਗਲ ਉਦੋਂ ਆ ਜਾਵੇ ਉਦੋਂ ਦੁੱਤੀ ਦਾ ਵੀ ਐਂਗਲ ਹੁੰਦਾ ਕਿਹੜੀ ਕਿਸ ਇਹਦੀ ਡਾਇਰੈਕਸ਼ਨ ਪਹਿਲਾਂ ਅਸੀਂ ਕੁਛ ਹੋਰ ਸਮਝਿਆ ਸੀ ਅੱਜ ਅਸੀਂ ਹੋਰ ਸਮਝੀਏ ਨੀ ਪੈ ਰਿਹਾ ਹੁਣ ਖਲਾਰਾ ਨੀ ਪੈ ਰਿਹਾ ਹੁਣ ਇੱਕ ਜਿਹੜੀ ਫਰੇਮ ਬਣ ਰਿਹਾ ਹਾਂ ਫਰੇਮ ਹੈ ਬਣੂਗਾ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਆਠ ਪਹਿਰ ਜਨ ਹਰ ਹਰ ਜਪੈ ਜਿਹੜਾ ਜਨ ਅੱਠ ਪਹਿਰ ਹਰ ਹਰ ਦਾ ਜਪਦਾ ਮਤਲਬ ਹੈ ਸਿਮਰਨ ਜਾਂ ਚੱਲਦਾ ਜਪ ਨਾਲ ਚੱਲਦਾ ਸਿਮਰਨ ਦੇ ਬਿਨਾਂ ਜਪ ਨਹੀਂ ਚੱਲ ਸਕਦਾ ਕਿਉਂਕਿ ਪ੍ਰਾਪਤੀ ਜਪ ਚੋਂ ਹੈ ਸਿਮਰਨ ਚੋਂ ਪ੍ਰਾਪਤੀ ਸਿਮਰਨ ਤਾਂ ਜੋ ਚੀਜ਼ ਹੈ ਧਿਆਨ ਚ ਰੱਖਣੀ ਆਪਾਂ ਨੇ ਸਿਮਰਨ ਤਾਂ ਉਹੀ ਹੈ ਵੀ ਆਪਾਂ ਜੋ ਪੜ੍ਹ ਲਿਆ ਸਮਝ ਲਿਆ ਯਾਦ ਰੱਖਣ ਸਿਮਰਨ ਤਾਂ ਇਹੀ ਹੈ ਅਸਲ ਦੀ ਕਮਾਈ ਤਾਂ ਜਪ ਦੇ ਵਿੱਚ ਹੈ ਹੋਰ ਬਰੀਕੀ ਹੋਰ ਬਰੀਕੀ ਹੋਰ ਬਰੀਕੀ ਬਰੀਕ ਤੇ ਬਰੀਕ ਜਿਹੜਾ ਹੈਗਾ ਗਿਆਨ ਫਿਰ ਜਾ ਕੇ ਕਿਤੇ ਪਤਾ ਲੱਗਣਾ ਸਮਝ ਆਉਣੀ ਗੱਲ ਫਿਰ ਬੁੱਝਿਆ ਜਾਣਾ ਹਾਂਜੀ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕਾ ਭਗਤ ਪ੍ਰਗਟ ਹੋ ਜਾਂਦਾ ਛਪਦਾ ਹੀ ਉੱਧਰ ਦੇਖੋ ਉੱਧਰ ਜਿਹੜਾ ਹੈਗਾ ਮਨ ਪਹਿਲਾਂ ਸੁਣ ਹੁੰਦਾ ਇੱਕ ਹੁੰਦਾ ਫਿਰ ਜਾਂਦਾ ਇੱਕ ਹੋਏ ਤਾਂ ਉਗਮ ਹੈ ਉਹ ਤਾਂ ਬਾਅਦ ਪ੍ਰਗਟ ਹੈ ਉਹ ਪ੍ਰਗਟ ਇੱਕ ਹੁਣ ਤੱਕ ਦੀ ਗੁਪਤ ਹੈ ਪੋਜੀਸ਼ਨ ਸਾਰੀ ਇੱਕ ਤਾਂ ਗੁਪਤ ਹੈ ਇੱਕ ਤਾਂ ਗੁਪਤ ਹੈ ਉੱਥੇ ਬਾਣੀ ਗੁਪਤ ਹੈ ਸੱਜੇ ਗੁਪਤੀ ਬਾਣੀ ਪ੍ਰਗਟ ਹੋਏ ਬਾਣੀਆਂ ਗੁਪਤੀ ਹੈ ਹੋਰ ਗੁਪਤ ਕੀ ਹੈ ਜਾਂ ਬਾਣੀ ਪ੍ਰਗਟ ਹੁੰਦੀ ਹੈ ਗੱਲ ਹੋਰ ਹੈ ਜੀ ਗੁਪਤ ਹੁੰਦੀ ਹੈ ਉਹੀ ਚੀਜ਼ ਆਪਣੇ ਅੰਦਰ ਹੈ ਬੋਲਦੇ ਨਹੀਂ ਜਾਂ ਬੋਲਦਿਆਂ ਪ੍ਰਗਟ ਹੋ ਜਾਂਦੀ ਇੱਛਾ ਇੱਕ ਆਪਣੇ ਅੰਦਰ ਹੈ ਗੁਪਤ ਹੈ ਹਰ ਕੀ ਭਗਤੀ ਮੁਕਤ ਭੋ ਕਰੇ ਨਾਨਕ ਜਨ ਸੰਗ ਕੀਤੇ ਕਰੇ ਹਰ ਕੀ ਭਗਤ ਜਿਹੜੀ ਹਰ ਕੀ ਭਗਤ ਹੈ ਇਹਨੇ ਬਥੇਰੇ ਮੁਕਤ ਕੀਤੇ ਨੇ ਇਹਦੀ ਗੱਲ ਵੀ ਕੋਈ ਮੁਕਤ ਕਦੀ ਕਿਹਦੀ ਕਹਾਣੀ ਦੱਸੀਏ ਇੱਕ ਉਹਨਾਂ ਚ ਆ ਕੇ ਧਰੂ ਪੱਲਾ ਦੋ ਚਾਰ ਕਹਾਣੀਆਂ ਦੱਸਦੀ ਇੱਥੇ ਨੀ ਕੋਈ ਜਿੰਨੇ ਵੀ ਸੱਚਖੰਡ ਮੁਕਤ ਹੋ ਗਏ ਨੇ ਹਰ ਕੀ ਭਗਤੀ ਨਾਲ ਗਏ ਨੇ ਬਹੁਤ ਕਰੇ ਕਹਿਣ ਦਾ
ਹੁਣ ਸਾਖੀਆਂ ਦਾ ਤਾਂ ਲਿਖੀਏ ਜੇ ਥੋੜੇ ਜੇ ਦੋ ਚਾਰ ਬੰਦੇ ਹੀ ਤਰੇ ਹੋਣ ਇਹ ਤਾਂ ਅਰਮਾ ਖਰਮਾ ਨਹੀਂ ਗਿਣਤੀ ਹੈ ਇਹਨਾਂ ਦੀ ਇਸ ਕਰਕੇ ਨਾ ਇਹ ਸਾਖੀਆਂ ਲਿਖਣ ਦੀ ਲੋੜ ਨਹੀਂ ਹੈ ਵਿਧੀ ਲਿਖੋ ਕਿਆ ਵਿਧੀ ਹੈ ਵਿਧੀ ਲਿਖਦੀ ਹੈ ਵਿਧੀ ਨਾਲ ਕੋਈ ਵੀ ਮੁਕਤ ਹੋ ਜਾਓ ਜਿਹਨੇ ਹੋਣਾ ਹਾਂ ਜੇ ਵਿਧੀ ਗਲਤ ਹੈ ਕੋਈ ਹੋਇਆ ਨਹੀਂ ਹੋਇਆ ਉਹ ਦੱਸ ਦਿਓ ਆ ਗਿਆ ਜਿੱਥੇ ਅੜਚਣ ਹੋਊਗੀ ਉਹ ਦੱਸ ਦਿਓ ਜਪੇ ਫੇਰੇ ਭਗਤ ਪ੍ਰਗਟ ਹੈ ਤ੍ਰਿਵਿਆ ਕਹਿਤਾ ਉੱਚੇ ਤੋਂ ਉੱਚਾ ਭਗਵੰਤ ਹੈ ਦਰਗਾਹ ਗਿਆ ਬਾਤਾਂ ਉਹ ਜਿਹੜੀਆਂ ਗੱਲਾਂ ਗੁਪਤ ਨੇ ਇਹਦੇ ਵਿੱਚ ਗੁਰਬਾਣੀ ਚ ਉਹ ਪ੍ਰਗਟ ਕਿਵੇਂ ਹੋਣਗੀਆਂ ਜਿਹੜੀ ਗੱਲ ਕਹਿਣ ਤੇ ਰਹਿ ਗਈ ਕਹੀ ਨਹੀਂ ਗਈ ਉਹ ਕਿਵੇਂ ਆਊਗੀ ਹੁਣ ਹਾਂ ਉਹਦਾ ਕਿਵੇਂ ਪਤਾ ਲੱਗੂਗਾ ਖੁਲਾਸਿਆਂ ਨਾਲ ਗਾਹਾਂ ਤੇ ਗਾਹਾਂ ਹੀ ਪਤਾ ਲੱਗੂਗਾ ਜਿਵੇਂ ਅੱਜ ਇੱਕ ਫੋਕਸ ਵੱਜਵਾਂ ਹੋ ਗਿਆ ਕੋਈ ਬਣੇ ਕਾਲ ਹੈ ਇਹ ਕਿਸੇ ਦਾ ਕਾਲ ਨਹੀਂ ਕਾਲ ਵੀ ਆਪਣਾ ਹੀ ਹੈ ਆਦਮ ਘਾਤੀ ਹੋਇਆ ਤੂੰ ਇਹਨੂੰ ਨਹੀਂ ਮਾਰ ਸਕਦਾ ਜੋ ਇਹਨੂੰ ਨਾਨਕ ਜਨਸੰਘ ਕੇਤੇ ਤਰੇ ਨਾਨਕ ਜਨਸੰਘ ਕੇਤੇ ਤਰੇ ਜਨ ਜਿਹੜਾ ਹੁੰਦਾ ਉਹਦੇ ਸੰਗਤ ਨਾਲ ਕੇਤੇ ਤਰ ਜਾਂਦੇ ਨੇ ਜਿਹੜਾ ਜਨ ਹੁੰਦਾ ਹਰ ਕਾ ਜਾਣਨ ਵਾਲਾ ਹੁੰਦਾ ਉਹਦੀ ਸੰਗਤ ਕਰਨ ਵਾਲੇ ਹੋਰ ਵਧੇਰੇ ਤਰ ਜਾਂਦੇ ਨੇ ਤਿਨਕੇ ਵਰਤ ਦਿਖਾਏ ਅਸਾਂ ਕਰੋੜ